ਅੱਜ ਬਾਬਾ ਬਾਲਾ ਸਾਹਿਬ ਵਿਖੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਬਾਬਾ ਬਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਇਸ ਦੌਰਾਨ ਵੱਖ ਵੱਖ ਖੇਤਰਾਂ 'ਚ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਿਭਾਉਣ ਵਾਲੇ 6 ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਬੋਲਦਿਆਂ ਸੰਤ ਸੀਚੇਵਾਲ ਨੇ ਪੱਤਰਕਾਰਾਂ ਦੇ ਕੰਮਾਂ ਦੀ ਸਰਾਹਨਾ ਕਰਦਿਆਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪੱਤਰਕਾਰਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਸੈਕਟਰੀ ਜਨਰਲ ਬਲਵਿੰਦਰ ਜੰਮੂ ਹੋਰਾਂ ਵੱਲੋਂ ਪੱਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਬੋਲਦਿਆਂ ਵਰਕਿੰਗ ਜਰਨਲਿਸਟ ਯੂਨੀਅਨ ਐਕਟ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਗਈ। ਇਸ ਦੌਰਾਨ SDM ਬਾਬਾ ਉਕਾਲਾ, ਅਲਕਾ ਕਾਲੀਆ ਅਤੇ ਵੱਖ ਵੱਖ ਵਿਭਾਗਾਂ ਦੇ ਆਲਾ ਅਫਸਰਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਬਾਬਾ ਬਕਾਲਾ ਦੀ ਧਰਤੀ ਦੇ ਉੱਤੇ ਸ਼ਹੀਦ ਆਜਮ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਸਾਰੇ ਹੀ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਦੀਆਂ ਜਿਹੜੀਆਂ ਪੱਤਰਕਾਰਾਂ ਦੀਆਂ ਚੁਣੌਤੀਆਂ ਅਤੇ ਸਮੱਸਿਆ ਉਹਨਾਂ ਦੇ ਉੱਤੇ ਇਹ ਵਿਚਾਰ ਚਰਚਾ ਸੀ, ਜਿਹਦੇ ਵਿੱਚ ਸਾਨੂੰ ਵੀ ਸਮਾਂ ਮਿਲਿਆ। ਬਾਕੀ ਸਾਰੀਆਂ ਵਿਚਾਰ ਚਰਚਾ ਇਹਦੇ ਉੱਤੇ ਕਿ ਅੱਜ ਯੁੱਗ ਬਦਲ ਰਿਹਾ, ਹਰ ਚੀਜ਼ ਬਦਲ ਰਹੀ ਹੈ, ਉਹਦੇ ਉੱਤੇ ਪੱਤਰਕਾਰਾਂ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਹੈ। ਅਤੇ ਅੱਜ ਸਭ ਤੋਂ ਵੱਡੀ ਜਿਹੜੀ ਵਿਸ਼ਵ ਦੀ ਚੁਣੌਤੀ ਆ ਉਹ ਹੈ ਵਿਗੜਦਾ ਹੋਇਆ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ, ਕਿਉਂਕਿ ਅੱਜ ਕੀ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਗਲਾਸਗੋ ਦੇ ਵਿੱਚ ਉਹ ਦੁਨੀਆ ਭਰ ਦੇ ਜਿਹੜੇ ਜਨਰਲ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿੰਨੇ ਵੀ ਆਏ ਸੀ ਅਤੇ ਉਹਨਾਂ ਨੇ ਇਹ ਚਿੰਤਾ ਪ੍ਰਗਟਾਈ ਸੀ ਵੀ ਜੇ ਤਾਪਮਾਨ 2 ਡਿਗਰੀ ਹੋਰ ਵੱਧ ਗਿਆ ਬੜੀ ਵੱਡੀ ਚੁਣੌਤੀ ਹੋਣ ਵਾਲੀ ਹੈ। ਜਿਹਦੇ ਵਿੱਚ ਐਤਕੀ 42 ਡਿਗਰੀ ਤੀਕਰ ਇੰਗਲੈਂਡ ਦੇ ਵਿੱਚ ਤਾਪਮਾਨ ਵਧਿਆ, ਉੱਥੇ ਦੀਆਂ ਜਿਹੜੀਆਂ ਸੜਕਾਂ ਉਹ ਪਿਘਲੀਆਂ ਹੋਈਆਂ ਸੀ, ਕਿਉਂਕਿ ਆਪਣੇ ਤਾਂ 50 ਤੋਂ ਵੀ ਉੱਪਰ 50 ਤੀਕਰ ਵੀ ਚੱਲ ਜਾਂਦਾ, 48 ਤੀਕਰ ਉੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਇਸ ਗਰਮੀ ਜਿਹੜੀ ਵਧਣ ਨਾਲ ਜਾਂ ਜਿਹੜਾ ਪ੍ਰਭਾਵ ਸਾਡੇ ਹਰ ਖੇਤਰ ਦੇ ਵਿੱਚ ਪੈ ਰਿਹਾ, ਜਿਸ ਤਰ੍ਹਾਂ ਆਪਣੇ ਵੀ ਕਣਕਾਂ ਦੇ ਉੱਤੇ ਬਹੁਤ ਵੱਡਾ ਮਾਰੂ ਅਸਰ ਹੋਇਆ ਸੀ। ਸੋ ਉਹਦੇ ਵਾਸਤੇ ਕਿ ਜਿਹੜੀਆਂ ਸਾਰੀਆਂ ਅਸੀਂ ਚੁਣੌਤੀਆਂ ਜਿਸ ਤਰ੍ਹਾਂ ਅੱਗੇ ਵਿਸ਼ਵ ਦੀ ਸਮੱਸਿਆ ਹੈ ਉਹ ਇਕੱਲੇ ਵਿਸ਼ਵ ਦੀ ਹੈ, ਉਹ ਤਾਂ ਹੀ ਆ ਕਿ ਸਾਡੀ ਭਾਰਤ ਦੀ ਵੀ ਸਮੱਸਿਆ, ਪੰਜਾਬ ਦੀ ਵੀ ਸਮੱਸਿਆ, ਸਾਡੇ ਹਰ ਖੇਤਰ ਦੀ ਸਮੱਸਿਆ। ਅਤੇ ਉਹਦੇ ਵਾਸਤੇ ਅਸੀਂ ਵਾਤਾਵਰਨ ਵਾਸਤੇ ਅਸੀਂ ਸਾਹ ਸਾਰੇ ਲੈਂਦੇ ਹਾਂ, ਸਾਰੇ ਪੱਤਰਕਾਰ ਵੀ ਲੈਂਦੇ ਆ, ਮਜ਼ਦੂਰ ਵੀ ਲੈਂਦੇ ਆ, ਪਸ਼ੂ ਵੀ ਲੈਂਦੇ ਆ, ਪੰਛੀ ਵੀ ਲੈਂਦੇ ਆ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹੀ ਮਿਸ਼ਨ ਦਿੱਤਾ ਕਿ ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਅਸੀਂ ਸਾਰਿਆਂ ਦਾ ਭਲਾ ਮੰਗਦੇ ਹਾਂ। ਉਹਦੇ ਵਾਸਤੇ ਹੋਰ ਕਲਮਾਂ ਵੀ ਚੱਲਣ, ਕੈਮਰਾ ਵੀ ਚੱਲੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਤਾਵਰਨ ਜਿਹੜਾ ਹੈਗਾ ਸਾਫ਼ ਸੁਥਰਾ ਹੋਵੇ, ਉਹਦੇ ਵਾਸਤੇ ਵੀ ਵਿਚਾਰ ਹੋਈਆਂ। ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਕ ਇਹੋ ਜਿਹਾ ਜਿਹਨੂੰ ਜਦੋਂ ਉਹ ਗੱਲ ਚੱਲਦੀ ਹੈ ਅਤੇ ਚੌਥਾ ਥੰਮ ਕਿਹਾ ਜਾ ਸਕਦਾ, ਚੌਥਾ ਜਿਹੜਾ ਹੈਗਾ ਪਾਵਾ ਹੈ ਕੁਰਸੀ ਦਾ, ਅਤੇ ਇਹ ਜਿਹੜਾ ਚੌਥਾ ਕੁਰਸੀ ਦਾ ਪਾਵਾ ਕੁਰਸੀਆਂ 'ਤੇ ਸਥਾਪਿਤ ਕਰਦਾ, ਪਰ ਹੁਣ ਤੱਕਰ ਇਹਨਾਂ ਦੀ ਜਿਹੜੀ ਹੈਗੀ ਆ ਨਾ ਤਾਂ ਜਿਹੜਾ ਹੈਗਾ ਕੋਈ ਨਿਰਧਾਰਿਤ ਜਿਹੜੀ ਹੈਗੀ ਆ, ਖਾਸ ਕਰਕੇ ਜਿਹੜਾ ਇਸ ਸਮੇਂ ਦੇ ਵਿੱਚ ਕਿ ਜਿਹੜੀਆਂ ਉਹਨਾਂ ਨੂੰ ਘੱਟੋ ਘੱਟ ਜਿਉਣ ਵਾਸਤੇ ਜਿਹੜੀ ਹੈਗੀ ਆ ਕੋਈ ਉਹਨਾਂ ਨੂੰ ਰੁਜ਼ਗਾਰ ਵਾ ਉਹਨਾਂ ਦੇ ਕੋਲ, ਬੱਚਿਆਂ ਨੂੰ ਪਾਲਣ ਪੁਲਣ ਵਾਸਤੇ ਜਿਹੜੀ ਯੋਗ ਜਿਹੜੀ ਹੈਗੀ ਆ ਉਹਨੂੰ ਵੇਤਨ ਤਨਖਾਹ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਕਿਸੇ ਰੂਪ ਦੇ ਵਿੱਚ ਉਹ ਤਾਂ ਹੀ ਕੰਮ ਕਰ ਪਾਊਗਾ। ਸੋ ਦੂਸਰੇ ਦੇ ਨਾਲ ਜਿਸ ਤਰ੍ਹਾਂ ਚੁਣੌਤੀਆਂ ਇਹ ਵੀ ਆ ਜੇ ਉਹ ਕਿਉਂਕਿ ਜਿਹੜਾ ਤਾਂ ਨੈਤਿਕਤਾ ਨੂੰ ਦੀ ਪਾਲਣਾ ਨਹੀਂ ਕਰਦਾ ਉਹਦੇ ਵਾਸਤੇ ਤਾਂ ਕੋਈ ਚੁਣੌਤੀਆਂ ਨਹੀਂ, ਉਹ ਤਾਂ ਸਾਰਾ ਕੁਛ ਜੋ ਅਸੀਂ ਦੇਖ ਰਹੇ ਹਾਂ। ਪਰ ਜਿਹੜਾ ਉਹਨਾਂ ਨਿਯਮਾਂ ਦੇ ਆਪਣੇ ਇਮਾਨਦਾਰੀ ਨਾਲ ਕਲਮ ਨੂੰ ਹੈ ਉਹਦੇ ਵਾਸਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਵੀ ਉਹ ਕਲਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ, ਸਮਾਜ ਵਿੱਚ ਵੀ ਉਹ ਜਦੋਂ ਕੁਛ ਉਹ ਗੱਲਾਂ ਨੂੰ ਜਿਹੜੀਆਂ ਹੈਗੀਆਂ ਉਹਨਾਂ ਦਾ ਸੱਚਾਈ ਸਾਹਮਣੇ ਆਉਂਦੀ ਹੈ ਅਤੇ ਕੁਛ ਲੋਕਾਂ ਨੂੰ ਉਹ ਨਹੀਂ ਪਚਦੀਆਂ ਹੁੰਦੀਆਂ। ਉਹ ਇੱਕ ਵੱਡਾ ਜਿਹੜਾ ਹੈਗਾ ਸੱਚਾ ਸੁੱਚਾ ਪੱਤਰਕਾਰ ਉਹਨੂੰ ਬਹੁਤ ਕੁਛ ਸਾਹਮਣਾ ਕਰਨਾ ਪੈਂਦਾ, ਉਹਦੇ ਵਾਸਤੇ ਵੀ ਜਿਹੜੀ ਹੈਗੀ ਹੈ ਜੇ ਅਸੀਂ ਚੌਥਾ ਥੰਮ ਕਹਿੰਦੇ ਹਾਂ ਤਾਂ ਇਹਦੇ ਥੰਮ ਦੇ ਕੁਛ ਦਾ ਜਿਹੜੇ ਹੈਗੇ ਜਿਹੜੇ ਸਹੀ
ਚੱਲਣ ਵਾਲੇ ਜਿਹੜੇ ਹੈਗੇ ਆ ਲੋਕ ਆ ਜਾਂ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਨਾਲ ਡਿਊਟੀਆਂ ਨਿਭਾ ਰਹੇ ਉਹਨਾਂ ਦੇ ਪ੍ਰਤੀ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਇਹ ਮੰਗਾਂ ਜਾਇਜ਼ ਆ, ਜਿਸ ਤਰ੍ਹਾਂ ਹੋਰ ਸਾਰੀਆਂ ਚੀਜ਼ਾਂ ਨੂੰ ਹਰ ਇੱਕ ਨੂੰ ਚਾਹੀਦਾ ਵਿਆਹ ਸਾਨੂੰ ਮਿਲਣਾ ਚਾਹੀਦਾ। ਇਹਨਾਂ ਵਾਸਤੇ ਵੀ ਜਿਹੜਾ ਹੈਗਾ ਕਿਉਂਕਿ ਇੱਕ ਬਹੁਤ ਵੱਡੀ ਡਿਊਟੀ ਜਿਹੜੀ ਆ ਉਹ ਪੱਤਰਕਾਰ ਦੀ ਹੈ, ਜਿਹੜੀ ਉਹ ਚਾਹੇ ਸਿਆਲ ਹੋਵੇ ਚਾਹੇ ਹੜ੍ਹ ਹੋਵੇ ਚਾਹੇ ਜਿਸ ਤਰ੍ਹਾਂ ਲੜਾਈ ਲੱਗੀ ਹੋਵੇ ਉੱਥੇ ਜਾ ਕੇ ਵੀ ਮੋਹਰੇ ਹੋ ਕੇ ਬਹੁਤ ਸ਼ਹਾਦਤਾਂ ਜਿਹੜੀਆਂ ਹੈਗੀਆਂ ਪੱਤਰਕਾਰਾਂ ਨੇ ਦਿੱਤੀਆਂ। ਪਰ ਉਹਨਾਂ ਦੇ ਵਾਸਤੇ, ਉਹਨਾਂ ਦੇ ਪਰਿਵਾਰਾਂ ਵਾਸਤੇ, ਉਹਨਾਂ ਬੱਚਿਆਂ ਵਾਸਤੇ, ਕਿਉਂਕਿ ਉਹ ਜਿਹੜੀ ਹੈਗੀ ਆ ਸਰਕਾਰਾਂ ਕੀ ਕਰਦੀਆਂ ਉਹਦੇ ਵਾਸਤੇ ਵੀ ਬਹੁਤ ਕੁਛ ਲੋੜ ਆ। ਜੇ ਅਸੀਂ ਸਹੀ ਸਾਰਾ ਕੁਛ ਚਾਹੁੰਦੇ ਹਾਂ ਉਹਦੇ ਵਾਸਤੇ ਨਾਲ ਉਹਦੀ ਜਿੱਦਾਂ ਅੱਗੇ ਸਾਡਾ ਫਰਜ਼ ਆ, ਡਿਊਟੀ ਆ, ਉੱਥੇ ਨਾਲ ਸਰਕਾਰਾਂ ਦੀ ਵੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਜੋ ਕੁਛ ਵੀ ਆਪਾਂ ਸਹੂਲਤਾਂ ਦੇ ਸਕਦੇ ਉਹ ਦੇਣੀ ਚਾਹੀਦੀ। ਬਾਬਾ ਜੀ, ਕਲਿੰਦੀ ਉਤਸਵ ਜਿਹੜਾ 2022 ਮਨਾਇਆ ਜਾ ਰਿਹਾ ਉਹਦੇ ਤਹਿਤ ਐਨਜੀਪੀ ਦੇ ਚੇਅਰਮੈਨ ਸਾਹਿਬ ਨੂੰ ਬਕਾਇਦਾ ਕਿਹਾ ਗਿਆ ਕਿ 355 ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਕੀਤੀ ਉਹਨਾਂ ਨੇ ਨਦੀਆਂ ਦੀ ਪ੍ਰਦੂਸ਼ਿਤ ਨਦੀਆਂ ਬਤੌਰ ਮੈਂਬਰ ਐਨਜੀਟੀ ਵੱਲੋਂ। ਤੁਸੀਂ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਮੁੱਖ ਦਰਿਆਵਾਂ ਚੋਂ ਇੱਕ ਬਿਆਸ ਰਹੇ ਤਾਂ ਜਿੱਥੇ ਕਿ ਹੁਣ ਉਹਦਾ ਪਾਣੀ ਵੀ ਪ੍ਰਦੂਸ਼ਿਤ ਇੰਨਾ ਕੁ ਹੁੰਦਾ ਜਾ ਰਿਹਾ ਦਿਨ ਉਹਦੇ ਵਾਸਤੇ ਕੋਈ ਉਪਰਾਲਾ ਜਿਹੜਾ ਤੁਹਾਡੇ ਕੋਲ ਉਹਦੇ ਵਾਸਤੇ ਸਾਰੇ ਆ। ਤੁਸੀਂ ਦੇਖਿਆ ਹੋਣਾ ਕਿਸੇ ਸਟੇਟ ਨੂੰ 12,000 ਕਰੋੜ ਰੁਪਇਆ, ਕਿਸੇ ਨੂੰ 3,500 ਕਰੋੜ ਰੁਪਇਆ, ਕਿਸੇ ਨੂੰ 3,000 ਕਰੋੜ ਰੁਪਇਆ, ਪੰਜਾਬ ਨੂੰ 2,000 ਕਰੋੜ ਰੁਪਇਆ। ਇਹ ਜਿਹੜਾ ਹੈਗਾ ਇਨਵਾਇਰਮੈਂਟ ਕੰਪਨਸੇਸ਼ਨ ਆ, ਸਾਡਾ ਫੰਡਾਮੈਂਟ ਰਾਈਟ ਆ ਜਿਉਣ ਦਾ ਹੱਕ, ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ। ਇਹ ਕੋਰਟ ਜਿਹੜੀ ਹੈਗੀ ਹੈ 1974 ਦੇ ਐਕਟ ਨੂੰ ਲਾਗੂ ਕਰਵਾ ਰਹੀ ਹੈ। ਉਹਦੇ ਵਾਸਤੇ ਜਿੱਥੇ ਵੀ ਇਹ ਨਹੀਂ ਲਾਗੂ ਹੋਏ, ਜਿੱਦਾਂ ਇੱਕ ਥਾਂ ਤੋਂ ਪਾਣੀ ਪੈਂਦਾ 5 ਲੱਖ ਰੁਪਈਆ, ਉਹ ਉਹਨਾਂ ਚਿਰ ਇਨਵਾਇਰਮੈਂਟ ਕੰਪਨਸੇਸ਼ਨ ਪੈਂਦਾ ਰਹੂ। ਜਿਸ ਤਰ੍ਹਾਂ ਲੁਧਿਆਣੇ ਦਾ 9ਵਾਂ ਸਮਾਂ ਤੋਂ ਪਾਣੀ ਪੈਂਦਾ 45 ਲੱਖ ਰੁਪਈਆ ਹਰ ਮਹੀਨੇ ਪੈਣਾ। ਜੇ ਉਹ ਲਗੇਸੀ ਵੇਸਟ ਆ, ਉਹਦਾ ਪਰ ਟਨ ਕਿੰਨਾ ਉਹਨਾਂ ਕੋਲ ਲਗੇਸੀ ਵੇਸਟ ਪਈ ਆ, ਜਿੰਨਾ ਚਿਰ ਉਹਨੂੰ ਨਹੀਂ ਸਾਂਭ ਕੇ ਨਹੀਂ ਉਹਦਾ ਫੋਟੋ ਕਲੀਅਰ ਕਰਕੇ ਦਿੰਦੇ ਵੀ ਅਸੀਂ ਚੱਕ ਲਿਆ, ਉਹਨਾਂ ਚਿਰ ਇਹ ਇਨਵਾਇਰਮੈਂਟ ਕੰਪਨਸੇਸ਼ਨ ਪੈਂਦਾ ਰਹਿਣਾ। ਅਤੇ ਜਿਹੜਾ ਇਨਵਾਇਰਮੈਂਟ ਕੰਪਨਸੇਸ਼ਨ ਕੋਰਟ ਲੈ ਰਹੀ ਹੈ, ਇਹ ਇਨਵਾਇਰਮੈਂਟ ਦੇ ਉੱਤੇ ਜਿਹੜੇ ਰਹਿੰਦੇ ਕੰਮ ਆ ਉਹਨਾਂ ਦੇ ਉੱਤੇ ਲੱਗਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਹੈਗਾ ਦੋਨੋਂ ਤਰਫ ਬਿਆਸ ਦੇ ਸੰਜੇ ਕਭੀ ਆਪਾਂ ਗੱਲ ਕਰੀਏ ਤਾਂ ਉੱਥੇ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜਿਹੜੀ ਹੈਗੀ ਅਣਗਹਿਲੀ ਦੇਖਣ ਨੂੰ, ਅਣਗਹਿਲੀ ਕਰਕੇ ਹੀ ਆ 1974 ਦਾ ਐਕਟ ਕਾਨੂੰਨ ਬਣ ਗਿਆ, ਉਹਨੂੰ ਕਿਹਨੇ ਲਾਗੂ ਕਰਾਉਣਾ ਹੁੰਦਾ ਨਾ। ਸਮੇਂ ਦੇ ਜਿਹੜੇ ਹੈਗੇ ਆ ਪੋਲੀਟੀਕਲ ਪਾਰਟੀਆਂ ਨੇ ਆਪਣੀ ਇੱਛਾ ਸ਼ਕਤੀ ਦਿਖਾਈ, ਤੇ ਜੇ ਪੋਲੀਟੀਕਲ ਪਾਰਟੀਆਂ ਇੱਛਾ ਸ਼ਕਤੀ ਦਿਖਾਉਣ ਫਿਰ ਪ੍ਰਸ਼ਾਸਨ ਪੂਰੀ ਕੰਮ ਕਰਦਾ, ਤੇ ਪ੍ਰਸ਼ਾਸਨ ਪਹਿਲਾਂ ਹੀ ਉਹ ਜਿਹੜਾ ਹੈਗਾ ਹੁਣ ਤੱਕ ਜਦੋਂ ਤੇ ਐਕਟ ਬਣਿਆ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਹੁਣ ਇਹ ਕੋਰਟ ਜਿਹੜੀ ਕਰਵਾ ਰਹੀ ਹੈ ਤੇ ਉਹਦੇ ਨਾਲ ਜਿਹੜੇ ਜਾਗਰੂਕ ਲੋਕ ਆ ਉਹ ਵੀ ਉੱਠ ਰਹੇ ਆ, ਆਵਾਜ਼ ਉਠਾ ਰਹੇ, ਇਹ ਇੱਕ ਵਧੀਆ ਗੱਲ ਆ ਜੀ। ਹੈ ਕਿ ਸਾਡਾ ਜਿਹੜਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਬਾਬਾ ਬਕਾਲਾ ਯੂਨਿਟ ਹੈ ਜਿਹੜੇ, ਉਹਨੇ ਅੱਜ ਬੜਾ ਸਫਲਤਾਪੂਰਵਕ ਸੈਮੀਨਾਰ ਕਰਾਇਆ, ਤੇ ਦੂਜੀ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੇ ਅਸੀਂ ਮੀਡੀਆ ਨਾਲ ਸੰਬੰਧਿਤ ਪੱਤਰਕਾਰਾਂ ਨਾਲ ਸਾਰੇ ਮਸਲੇ ਉਠਾਏ ਆ, ਬਾਬਾ ਬਲਵੀਰ ਸਿੰਘ ਸੀਚੇਵਾਲ ਹੋਣਾ ਨੇ ਹਾਮੀ ਭਰੀ ਆ, ਉਹਨਾਂ ਕਿਹਾ ਵੀ ਤੁਸੀਂ ਸਾਰੇ ਮਸਲੇ ਦੇ ਦਿਓ, ਉਹ ਜਿਹੜੇ ਜਿਹੜੇ ਮੰਚਾਂ ਤੇ ਲੋੜ ਪਏਗੀ ਉੱਥੇ ਆਵਾਜ਼ ਉਠਾਉਣਗੇ। ਇਸ ਕਰਕੇ ਅਸੀਂ ਉਹਨਾਂ ਦੇ ਇਸ ਗੱਲੋਂ ਬਹੁਤ ਧੰਨਵਾਦੀ ਹਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਦੇਸ਼ ਦੀ ਪਾਰਲੀਮੈਂਟ ਤੱਕ ਉੱਠੇਗੀ। ਪਹਿਲਾਂ ਵੀ ਕੁਝ ਸੱਜਣ ਉਠਾਉਂਦੇ ਰਹੇ, ਬਾਬਾ ਜੀ ਤੋਂ ਆਸ ਹੈ ਕਿ ਜਿਹੜਾ ਵਰਕਿੰਗ ਜਰਨਲਿਸਟ ਐਕਟ ਹੈ ਤੇ ਉਹਦੇ ਨਾਲ ਹੋਰ ਜੁੜੇ ਹੋਏ ਮਾਮਲੇ ਉਹ ਵੀ ਸੰਸਦ ਦੇ ਵਿੱਚ ਉਠਾਉਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨਾਲ ਜਿਹੜੇ ਜੁੜੇ ਮਸਲੇ ਹੈ ਉਹਨਾਂ ਬਾਰੇ ਵੀ ਸਾਡੀ ਜਿਹੜੀ ਆ ਉਹ ਪੈਰਵਾਈ ਕਰਨਗੇ। ਇਸ ਕਰਕੇ ਅਸੀਂ ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ। ਤੇ ਇਸ ਯੂਨਿਟ ਨੇ ਜਿਹੜਾ ਅੱਜ ਪੱਤਰਕਾਰਾਂ ਦੇ ਮਸਲਿਆਂ ਨਾਲ ਸੰਬੰਧਿਤ ਸੈਮੀਨਾਰ ਕਰਾਇਆ ਉਹਨਾਂ ਦੇ ਵੀ ਅਸੀਂ ਧੰਨਵਾਦੀ ਹਾਂ। ਇਹਨਾਂ ਨੇ ਕੁਝ ਨਵੀਆਂ ਪਿਰਤਾਂ ਪਾਈਆਂ ਤੇ ਮੈਨੂੰ ਲੱਗਦਾ ਕਿ ਜੋ ਕੁਝ ਇਹਨਾਂ ਨੇ ਕੀਤਾ ਆਉਣ ਵਾਲੇ ਪੰਜਾਬ ਦੇ ਵਿੱਚ ਬਾਕੀ ਯੂਨਿਟ ਵੀ ਉਹਦੇ ਨਕਸ਼ੇ ਕਦਮਾਂ ਤੇ ਚੱਲਣਗੇ ਤੇ ਉਹ ਮਾਮਲੇ ਜਿਹੜੇ ਉਠਾਉਣਗੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨਾਲ, ਜਿਹੜੀ ਉਹਨੂੰ ਹੋਰ ਮਜ਼ਬੂਤ ਬਣਾਉਣਗੇ ਤਾਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਹੋਰ ਬੁਲੰਦ ਕੀਤਾ ਜਾ ਸਕੇ। ਪੱਤਰਕਾਰ ਸਮਾਜ ਦੀ ਆਵਾਜ਼ ਉਠਾਉਣ ਵਾਸਤੇ ਆਪਣੀ ਕਲਮ ਚੁੱਕਦਾ ਤਾਂ ਪੱਤਰਕਾਰ ਦੀ ਜਦੋਂ ਕੋਈ ਸਮੱਸਿਆ ਬਣਦੀ ਤਾਂ ਉਸ ਨੂੰ ਇੱਥੇ ਵੱਡੇ ਯਤਨ ਕਿਉਂ ਕਰਨੇ ਪੈਂਦੇ? ਪੱਤਰਕਾਰਾਂ ਨੂੰ ਆਪਣੇ ਮਸਲਿਆਂ ਲਈ ਖੁਦ ਹੀ ਉੱਠਣਾ ਪਏਗਾ, ਆਪਣੀ ਜਿਹੜੀ ਏਕਤਾ ਮਜ਼ਬੂਤ ਕਰਨੀ ਪਏਗੀ, ਅਦਰਵਾਈਜ਼ ਉਹਨਾਂ ਦੀ ਆਵਾਜ਼ ਹੋਰ ਕੋਈ ਨਹੀਂ ਉਠਾਏਗਾ। ਜੇ ਸਾਡੀ ਆਰਗੇਨਾਈਜੇਸ਼ਨ ਮਜ਼ਬੂਤ ਹੋਏਗੀ, ਜੇ ਸਾਡੀ ਜਥੇਬੰਦਕ ਤਾਕਤ ਮਜ਼ਬੂਤ ਹੋਏਗੀ ਤਾਂ ਹੀ ਸਾਡੇ ਮਾਮਲੇ ਜਿਹੜੇ ਆ ਉਹ ਹੱਲ ਹੋ ਸਕਣਗੇ, ਬਾਕੀ ਉਸ ਤੋਂ ਬਿਨਾਂ ਮਾਮਲੇ ਸਾਡੇ ਹੱਲ ਨਹੀਂ ਹੋ ਸਕਦੇ।